ਪਟਾਕਿਆਂ ਦੀ ਹੋ ਰਹੀ ਨਾਜਾਇਜ਼ ਵਿਕਰੀ ਨੂੰ ਲੈ ਕੇ ਪਟਿਆਲਾ ਪੁਲਿਸ ਐਕਸ਼ਨ ਮੂਡ ਦੇ ਵਿੱਚ ਵਿਖਾਈ ਦੇ ਰਹੀ ਹੈ। ਪਟਿਆਲਾ ਦੇ ਭੀੜ ਭੜੱਕੇ ਵਾਲੇ ਬਾਜ਼ਾਰਾਂ ਦੇ ਵਿੱਚ ਹੋ ਰਹੀ ਪਟਾਕਿਆਂ ਦੀ ਵਿਕਰੀ ਨੂੰ ਲੈ ਕੇ ਪੁਲਿਸ ਨੇ ਸਖਤੀ ਵਿਖਾਉਣੀ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦੇ ਵੱਲੋਂ ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ 'ਚ ਰੇਡ ਕੀਤੀ ਗਈ ਅਤੇ ਨਾਜਾਇਜ਼ ਤੌਰ ਤੇ ਪਟਾਕੇ ਵੇਚਣ ਵਾਲਿਆਂ ਖਿਲਾਫ ਮੁਕੱਦਮਾ ਦਰਜ ਕਰਕੇ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ। ਨਾਜਾਇਜ਼ ਤੌਰ ਤੇ ਪਟਾਕਿਆਂ ਦਾ ਵਪਾਰ ਕਰਨ ਵਾਲਿਆਂ ਨੂੰ ਉਪ ਚੇਤਾਵਨੀ ਦਿੱਤੀ ਗਈ ਹੈ। ਜਿਹੜੇ ਪੰਜਾਬ ਸਰਕਾਰ ਵੱਲੋਂ ਅਤੇ ਸਾਡੇ ਮਾਣਯੋਗ ਐਸ ਐਸ ਪੀ ਸਾਹਿਬ ਸਰਦਾਰ ਹਰਚਰਨ ਸਿੰਘ ਭੁੱਲਰ ਆਈ ਪੀ ਐੱਸ ਵੱਲੋਂ ਜਿਹੜਾ ਮਾੜੇ ਅਨਸਰਾਂ ਦੇ ਖਿਲਾਫ਼ ਜਾਂ ਜਿਹੜੇ ਹੋਰ ਮਤਲਬ ਨਜਾਇਜ਼ ਕੰਮ ਕਰਦੇ ਨੇ ਉਹਦੇ ਖਿਲਾਫ਼ ਮੁਹਿੰਮ ਚਲਾਈ ਗਈ ਹੈ। ਉਸ ਸੰਬੰਧ 'ਚ ਅਸੀਂ ਹੋਰ ਵੀ ਐਕਟ ਦੇ ਤਹਿਤ ਜਿਹੜਾ ਸੱਟਾ ਸ਼ਰਾਬ ਦੇ ਪਰਚੇ ਦਾ ਦੇ ਹੀ ਰਹੇ ਹਾਂ ਅਤੇ ਨਾਲ ਹੀ ਇਹ ਕੱਲ੍ਹ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਵੀ ਕਤਵਾਲੀ ਏਰੀਏ 'ਚ ਚਾਲਾ ਵਾਲੇ ਬਾਜ਼ਾਰ ਦੇ ਵਿੱਚ ਕੁਛ ਦੁਕਾਨਾਂ ਵਾਲੇ ਮਤਲਬ ਅੰਦਰ ਪਟਾਕੇ ਰੱਖ ਕੇ ਵੇਚ ਰਹੇ ਨੇ ਤਾਂ ਉੱਥੇ ਅਸੀਂ ਸਾਰੀ ਟੀਮ ਲੈ ਕੇ ਮਤਲਬ ਕੁਛ ਦੁਕਾਨਾਂ ਚੈੱਕ ਕਰਾਈਆਂ ਬਾਕੀ ਰੇਡ ਕੀਤੀ ਅਤੇ ਉੱਥੇ ਸਾਨੂੰ ਦੋ ਦੁਕਾਨਾਂ ਦੇ ਵਿੱਚ ਸਾਨੂੰ ਇਹ ਮਤਲਬ ਜਿਹੜੇ ਨਜਾਇਜ਼ ਪਟਾਕੇ ਸੀਗੇ ਵੱਡੇ ਪਟਾਕੇ ਜਿਹਨੂੰ ਕਹਿੰਦੇ ਹਾਂ ਉਹ ਮਿਲੇ ਸੀ। ਉਸ ਸੰਬੰਧ ਦੇ ਵਿੱਚ ਅਸੀਂ ਦੋ ਪਰਚੇ ਦਰਜ ਕੀਤੇ ਨੇ, ਇੱਕ ਤਾਂ ਹੈਗਾ ਜੀ 370 ਨੰਬਰ ਮੁਕੱਦਮਾ, ਇੱਕ ਦਿੱਤਾ ਜੀ ਗੁਰਪ੍ਰੀਤ ਉਰਫ ਨੀਟਾ ਪੁੱਤਰ ਲੇਟ ਕਰਤਾਰ ਸਿੰਘ, ਇਹ ਚਾਰਾਂ ਵਾਲੇ ਬਾਜ਼ਾਰ ਇਹਨਾਂ ਦੀ ਦੁਕਾਨ ਹੈ, ਇਹਨਾਂ ਤੋਂ ਕਾਫੀ ਮਾਤਰਾ ਦੇ ਵਿੱਚ ਪਟਾਕੇ ਫੜੇ ਨੇ, ਇੱਕ ਤਾਂ ਉਹ ਕਾਰਵਾਈ ਕੀਤੀ ਹੈ। ਇੱਕ 371 ਨੰਬਰ ਮੁਕੱਦਮਾ ਜੀ, ਇਹ ਹੈਗਾ ਵਿਦਾਂਤ ਸਿੰਗਲਾ, ਇਹਦੀ ਵੀ ਉੱਥੇ ਨੇੜੇ ਚਾਰਾਂ ਵਾਲੇ ਬਾਜ਼ਾਰ ਦੁਕਾਨ ਹੈ ਅਤੇ ਇਹਨਾਂ ਦੇ ਖਿਲਾਫ਼ ਵੀ ਅਸੀਂ ਜਿਹੜਾ ਉੱਥੋਂ ਸਮਾਨ ਮਿਲਿਆ ਅਤੇ ਉਹ ਅਸੀਂ ਉਹਨਾਂ ਦੇ ਖਿਲਾਫ਼ ਕਰ ਦਿੱਤੀ। ਇਹਦੀ ਵੈਲਿਊ ਕਿੰਨੀ ਹੋਏਗੀ ਸਰ, ਜਿਹੜੇ ਪਟਾਕੇ ਫੜੇ ਆ ਤੁਸੀਂ ਕਿੰਨੀ ਵੈਲਿਊ ਹੋਏਗੀ ਇਹਨਾਂ? ਇਹਦੀ ਵੈਲਿਊ ਤਾਂ ਜੀ ਅਸੀਂ ਅਜੇ ਮਤਲਬ ਲਵਾਵਾਂਗੇ, ਹੋਏਗੀ 30-40-50 ਹਜ਼ਾਰ ਤੋਂ ਹੋਏਗੀ। ਹਾਂਜੀ ਗ੍ਰਿਫਤਾਰੀ ਹੋ ਗਈ ਹੈ, ਹਾਂਜੀ ਦੋਨਾਂ ਦੀ, ਗੁਰਪ੍ਰੀਤ ਦੀ ਵੀ ਹੋਗੀ ਜੀ ਅਤੇ ਵਿਦਾਂਤਾ ਸਿੰਗਲਾ ਦੀ ਵੀ ਹੋਗੀ। ਕੀ ਮੈਸੇਜ ਦੇਣਾ ਚਾਹੁੰਦੇ ਹੋ ਇਹਨਾਂ ਨੂੰ? ਇਹ ਮੈਸੇਜ ਦੇਣਾ ਚਾਹੁੰਦੇ ਹਾਂ ਵੀ ਲੋਕਾਂ ਦੀ ਜਾਨ ਨਾਲ ਖਿਲਵਾੜ ਨਾ ਕਰੋ, ਜਿਹੜੇ ਕਾਨੂੰਨ ਦੀ ਜੋ ਡੀ ਸੀ ਸਾਹਿਬ ਮਾਣਯੋਗ ਡੀ ਸੀ ਸਾਹਿਬ ਐਸ ਐਸ ਪੀ ਸਾਹਿਬ ਵੱਲੋਂ ਜਿਹੜੇ ਹੁਕਮ ਹੈ ਉਹਨਾਂ ਦੀ ਮਤਲਬ ਪਾਲਣਾ ਕਰੋ। ਇਹ ਕਿਸੇ ਦੀ ਆਪਣੀ ਥੋੜ੍ਹੇ ਜਿਹੇ ਲਾਲਚ ਪਿੱਛੇ ਕਿਸੇ ਦੀ ਜਾਨ ਨਾ, ਕਿਉਂਕਿ ਜਿੱਥੇ ਇਹ ਪਟਾਕੇ ਰੱਖਦੇ ਆ ਉਹ ਬੜਾ ਕੰਜਸਟਿਡ ਏਰੀਆ ਹੈ, ਬੜਾ ਮਤਲਬ ਛੋਟਾ ਮਤਲਬ ਬਾਜ਼ਾਰ ਆ ਉੱਥੇ, ਅਤੇ ਉੱਥੇ ਜੇ ਕੋਈ ਮਤਲਬ ਗੱਲਬਾਤ ਹੋ ਜਾਂਦੀ ਹੈ ਤਾਂ ਉਹਦੇ ਇਹਨਾਂ ਨੂੰ ਵੀ ਅਤੇ ਹੋਰ ਨਾਲ ਦੇ ਨੁਕਸਾਨ ਹੋਏਗਾ। ਅਸੀਂ ਲੋਕਾਂ ਨੂੰ ਵੀ ਕਹਿੰਦੇ ਹਾਂ ਜੇ ਕੋਈ ਤੁਹਾਨੂੰ ਨਾਲ ਪਤਾ ਲੱਗਦਾ ਤਾਂ ਸਾਨੂੰ ਇਨਫੋਰਮੇਸ਼ਨ ਦਿਓ। ਪਿੱਛੇ ਜੇ ਤੁਹਾਨੂੰ ਪਤਾ ਹੀ ਹੈ ਰਾਜਪੁਰੇ ਵੀ ਇੱਕ ਘਰੇ ਹੀ ਕਿਸੇ ਨੇ ਪਟਾਕੇ ਬਣਾ ਰਿਹਾ ਸੀਗਾ ਛੋਟੇ ਛੋਟੇ, ਅਤੇ ਉਹ ਉੱਥੇ ਮਤਲਬ ਬਰੂਦ ਨਾਲ ਫਟ ਗਿਆ ਸੀਗਾ ਅਤੇ ਉਦੋਂ ਕਿੰਨੇ ਬੰਦੇ ਦੀ ਡੈਥ ਹੋ ਗਈ ਸੀ, ਬੱਚਿਆਂ ਦੀ ਵੀ ਹੋ ਗਿਆ ਸੀਗਾ। ਅਤੇ ਜੀ ਸਟੋਕਿਸ ਵੀ ਨੇ, ਰਿਟੇਲਰ ਵੀ ਨੇ। ਜੀ ਹਜੇ ਜਾਰੀ ਹੈ, ਕੋਈ ਨਾਭੇ ਤੋਂ ਕਹਿੰਦੇ ਨੇ, ਨਾਭੇ ਤੋਂ ਇੱਕ ਪਤਾ ਲੱਗਿਆ, ਨਾਭੇ ਤੋਂ ਕੋਈ ਹੈਗਾ ਸਿੰਗਲਾ ਉਹ ਤੋਂ ਲੈ ਕੇ ਆਏ ਨੇ, ਉਹ ਵੀ ਅਸੀਂ ਸਾਰੀ ਮਤਲਬ ਤਫਤੀਸ਼ ਕਰਾਂਗੇ ਕਿੱਥੋਂ ਲੈ ਕੇ ਆਏ ਨੇ, ਉਹਦੇ ਕੋਲ ਲਾਇਸੈਂਸ ਹੈਗਾ ਕਿ ਨਹੀਂ ਹੈਗਾ, ਉਹ ਸਾਰਾ ਅਸੀਂ ਪੜਤਾਲ। ਕੀ ਹੋਰ ਵੀ ਰਿਕਵਰੀ ਹੋ ਸਕਦੀ ਹੈ ਸਰ ਪਟਾਕਿਆਂ ਦੀ? ਹਾਂਜੀ ਕਰਾਂਗੇ ਜੀ, ਜ਼ਰੂਰ ਕਰਾਂਗੇ। ਸਾਡੀ ਰੋਜ਼ ਹੀ ਰਾਤ ਨੂੰ ਮਤਲਬ ਸ਼ਾਮ ਨੂੰ ਅਸੀਂ ਦਿਨੇ ਵੀ ਮਤਲਬ ਇਹਦੇ 'ਚ ਅਸੀਂ ਆਪਣੀਆਂ ਟੀਮਾਂ ਬਣਾ ਕੇ ਜਿਹੜਾ ਵੀ ਮਾੜਾ ਅਨਸਰ ਹੈ ਭਾਵੇਂ ਪਟਾਕਿਆਂ ਨਾਲ ਜਾਂ ਕੋਈ ਹੋਰ ਨਜਾਇਜ਼ ਚੀਜ਼ ਕਰਦਾ, ਭਾਵੇਂ ਕੋਈ ਹੋਰ ਜੇ ਕੋਈ ਸਾਨੂੰ ਜਿਵੇਂ ਆਹ ਅੱਜ ਕੱਲ੍ਹ ਤਿਉਹਾਰਾਂ ਦਾ ਸੀਜ਼ਨ ਹੈ, ਕੋਈ ਮਠਿਆਈ ਦੀਆਂ ਦੁਕਾਨਾਂ 'ਚ ਕੋਈ ਦੁੱਧ ਵਗੈਰਾ ਜਾਂ ਜ਼ਿਆਦਾ ਇਹ ਗਲਤ ਚੀਜ਼ ਬਣਾਈ ਜਾਂਦੀ ਹੈ, ਉਹਦੇ ਸੰਬੰਧ 'ਚ ਵੀ ਅਸੀਂ ਟੀਮ ਲੈ ਕੇ ਹੈਲਥ ਡਿਪਾਰਟਮੈਂਟ ਦੀ ਉੱਥੇ ਵੀ ਅਸੀਂ ਰੇਡ ਕਰਾਂਗੇ ਅਤੇ ਉਹਨਾਂ ਦੇ ਖਿਲਾਫ਼ ਕਾਰਵਾਈ ਕਰਾਂਗੇ ਤਾਂ ਕਿ ਜਿਹੜੇ ਪਟਿਆਲੇ ਵਾਸੀ ਨੇ ਉਹਨਾਂ ਨੂੰ ਸ਼ੁੱਧ ਚੀਜ਼ ਮਿਲ ਸਕੇ। ਠੀਕ ਹੈ, ਪਹਿਲਾਂ ਅਸੀਂ ਕਲੀਅਰ ਕਰ ਲੈਂਦੇ ਹਾਂ ਜੀ, ਸ਼ਾਇਦ ਨੀਟੇ 'ਤੇ ਹੈਗਾ, ਹਾਂ ਨੀਟੇ 'ਤੇ ਹੈਗਾ ਜਿਹੜਾ ਗੁਰਪ੍ਰੀਤ ਨੀਟ ਹੈ ਨਾ, ਇਹ 'ਤੇ ਪਹਿਲਾਂ ਪਰਚਾ ਹੈਗਾ ਪਿਛਲੇ ਸਾਲ। ਇਹ ਦੁਕਾਨ 'ਤੇ ਹੀ ਰੱਖ ਕੇ ਵੇਚਦਾ ਸੀ ਸਰ? ਇਹ ਦੁਕਾਨ 'ਤੇ ਨਹੀਂ ਜੀ, ਇਹ ਦੁਕਾਨ ਦੇ ਵਿੱਚ ਤਾਂ ਇਹਨਾਂ ਨੇ ਛੋਟੇ ਮਤਲਬ ਫੁਲਝੜੀਆਂ ਵਗੈਰਾ ਜਿਹੜੇ ਜਿਨ੍ਹਾਂ ਦੇ ਪਰਮਿਸ਼ਨ ਹੈਗੀ ਹੈ ਮੈਡਮ ਉਹ ਕਰਦੇ ਆ, ਪਿੱਛੇ ਮਤਲਬ ਦੁਕਾਨ ਦੇ ਅੰਦਰ ਗਡਾਊਨ ਸੀਗਾ ਉੱਥੇ ਰੱਖੇ ਹੋਏ ਸੀ। ਪਟਿਆਲਾ ਤੋਂ ਬਿਊਰੋ ਰਿਪੋਰਟ ਐਨ 7 ਨਿਊਜ਼।